ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਗੁੱਡ ਆਫਟਰਨੂਨ, ਕੀ ਹਾਲ ਚਾਲ ਆ? ਆਈ ਹੋਪ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ। ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਦੁਪਹਿਰ ਦੇ 1:30 ਵਜੇ, ਕਿਉਂਕਿ ਜ਼ੁਕਾਮ ਲੱਗਿਆ ਹੋਇਆ ਅਤੇ ਸਰੀਰ ਹੁਣ ਨੂੰ ਬਣਿਆ ਅਤੇ ਫਿਰ ਹੁਣ ਹੀ ਜਾ ਕੇ ਵਲੌਗ ਸ਼ੁਰੂ ਕਰਨਾ ਸੀਗਾ। ਅਤੇ ਉਹ ਯਾਰ ਮੇਰੀ ਦਵਾਈ ਜੀ ਪਈ ਸੀ ਬਾਹਰ, ਜਿਹੜੀ ਪਾਲੀ ਵਿੱਚ ਬੈਗ ਦੇ ਆ ਨਾ, ਬੈਗ ਦੇ ਵਿੱਚ। ਚਲੋ ਅਤੇ ਹੁਣ ਆਪਾਂ ਚੱਲੇ ਹਾਂ ਵਿਆਹ ਵਾਲੇ ਘਰੇ। ਵਿਆਹ ਵਾਲੇ ਘਰੇ ਚੱਲੇ ਭਾਅ ਜੀ, ਹੈ ਨਾ? ਭੂਆ ਦੇ ਘਰੇ, ਵਿਆਹ ਵਾਲੇ ਘਰੇ ਚੱਲੇ ਹਾਂ, ਕਿਉਂਕਿ ਵਿਆਹ ਆਏ ਹੋਏ ਆਪਾਂ, ਅਤੇ ਉਹਦੇ ਕਰਕੇ ਫਿਰ ਵਿਆਹ ਵਾਲਿਆਂ ਨੂੰ ਤਾਂ ਦੱਸਣਾ ਪੈਂਦਾ ਵੀ ਅਸੀਂ ਆਏ ਹੋਏ ਬਈ। ਹਾਂ, ਅਤੇ ਫਿਰ ਮਾਸੀ ਹੋਰਾਂ ਨੂੰ ਚੜ੍ਹਾ ਕੇ ਲਿਆਉਣਾ ਉੱਧਰੋਂ, ਅਤੇ ਫਿਰ ਇਹਨਾਂ ਨੇ ਬਾਈ ਹੋਰਾਂ ਨੇ ਕੋਈ ਆਪਦੀ ਸ਼ੋਪਿੰਗ ਵਗੈਰਾ ਕਰਨੀ ਹੈ। ਆਪਾਂ ਅੱਜ ਇਹਨਾਂ ਨਾਲ ਘੁੰਮਣਾ ਫਿਰਨਾ ਆ, ਥੋੜ੍ਹੇ ਸਰੀਰ ਕਾਇਮ ਕਰ ਲਿਆ ਦਵਾਈ ਦਵੂਈ ਲੈ ਕੇ, ਅਤੇ ਬਾਕੀ ਆਪਾਂ ਵੀ ਕੱਪੜੇ ਕੁਪੜੇ ਪ੍ਰੈਸ ਕਰਾਉਣੇ ਆ ਜਿੰਨਾ ਨਹੀਂ ਲੱਗਿਆ। ਹਜੇ ਭੈਣ ਸਾਡੇ ਨੂੰ ਹਿਸਾਬ ਘੱਟ ਜਾਣਾ ਘਰ ਦਾ। ਇੱਧਰ ਬੈਲਟ ਲਾ ਕੇ ਬੈਠੀ ਹੈ ਕੇਰਾਂ ਹੀ, ਅਤੇ ਕਰਦੇ ਹੀ ਸ਼ੁਰੂ ਅੱਜ ਦਾ ਵਲੌਗ। ਵੀਨੇ ਫਿਰ ਕੀ ਬਣਦਾ ਜੁੜਦਾ ਇਹ ਤੋਂ ਬਾਅਦ, ਹੈ ਨਾ? 1:30 ਵੱਜ ਗਿਆ ਵੈਸੇ, 1:30 ਵਜੇ ਤੋਂ ਬਾਅਦ ਮੈਂ ਘੁੰਮਣਾ ਫਿਰਨਾ ਹੀ ਇਹ ਤੋਂ ਬਾਅਦ। ਆਪਾਂ ਕਰਨਾ ਵਾ ਟੱਕਾ ਹੈ ਨਹੀਂ ਗਾ, ਅੱਜ ਸਕਾਰਪੀਓ 'ਤੇ ਜਾ ਰਹੇ ਹਾਂ, ਗੱਡੀ ਆਪਣੇ ਵਾਲੀ ਲਾ ਦਿੱਤੀ ਇੱਥੇ। ਨਵੇਂ ਸ਼ਹਿਰ, ਨਵਾਂ ਸ਼ਹਿਰ ਪੁਰਾਣਾ ਕਰ ਦੇਣਾ ਘੁੰਮ ਘੁੰਮ ਕੇ। ਵੀਰੇ ਨੇ ਉੱਥੇ ਇੱਕ ਲਹਿੰਗਾ ਪਸੰਦ ਕੀਤਾ, ਕਹਿੰਦਾ ਰੈਂਟ ਤੇ ਰਹਿਣ ਦੇ, ਆਪਣਾ ਹੀ ਲੈ ਲਓ। ਲਓ ਬਈ, ਦੀਦੀ ਹੁਣਾਂ ਦੇ ਲਹਿੰਗੇ ਲੈਣ ਆਏ ਆ ਅਸੀਂ, ਰੈਂਟ ਤੇ ਇਹਨਾਂ ਨੇ ਕੀਤੇ ਸੀ। ਤੇ ਕਿੱਥੇ ਆ ਇਹ? ਨਵੇਂ ਸ਼ਹਿਰ 'ਚ ਆ ਨਾ ਸ਼ੋਪ। ਤਕਦੀਰ ਕੌਰ ਉਹ ਬੈਠੀ ਲੋਲੀਪੋਪ ਖਾਈ ਜਾਂਦੀ ਆ, ਕਿੰਨੀ ਮਾਸੂਮ ਕਾਹਤੇ ਬਣੀ ਬੈਠੀ ਆ ਬੋਲਦੀ ਆ ਬਠਿੰਡੇ ਵਾਲੀ। ਲੋ ਬਈ, ਵਿਆਹ ਤੋਂ ਪਹਿਲਾਂ ਵੀ ਰਹਿ ਘੁੰਮਦਾ ਸੀਗਾ ਖਾਲੀ ਹੱਥ, ਹੁਣ ਦੇਖ ਲਹਿੰਗੇ ਫੜਾਇਓ ਮਾਸੀ ਹੋਣਾ ਨੇ, ਮਾਸੀ ਦੇ ਨਾਲ ਨਾਲੇ ਫੜ ਲੈ। ਮਾਸੀ ਪੂਰਾ ਸਾਥ ਦੇ ਰਹੇ ਆ। ਲੋ ਬਈ, 25-30 ਦੁਕਾਨਾਂ ਗਾ ਕੇ ਕੁਛ ਵੀ ਪਸੰਦ ਨਾ ਆਉਂਦੇ ਹੋਏ ਮਾਯੂਸ ਚਿਹਰੇ ਲੈ ਕੇ ਜਾ ਰਹੇ ਹਾਂ। ਦੁਕਾਨ ਵਾਲੇ ਨੇ 4 ਕੁ ਸੂਟ ਦਿਖਾਏ ਸਾਨੂੰ, ਕਹਿੰਦਾ ਬਸ। ਮਾਸੀ ਹੋਣਾਂ ਨੇ ਮੈਨੂੰ ਸੂਟ ਫਾਈਨਲੀ ਪਸੰਦ ਕਰਾਏ ਦਿੱਤਾ। ਪਰਵਿੰਦਰ ਕਹਿੰਦੇ ਕਹਿੰਦਾ ਉਹਨੇ ਡੰਡਾ ਵੀ ਰੱਖਿਆ ਹੁਣ, ਹਾਂ ਡਿਫਰੈਂਟ ਜਿਹਾ ਆ, ਸਟਾਈਲ ਕਰਕੇ ਵਧੀਆ ਸਟਿਚ ਕਰਾਵਾਂਗੇ ਸਾਰੇ। ਮੇਰਾ ਦੀਸ ਵੀ ਬਹੁਤ ਸੋਹਣਾ ਲੱਗਦਾ ਵੀਰਾ, ਦੁਬਾਰਾ ਕਰੀ ਕਿਵੇਂ ਸੀ? ਮੈਨੂੰ ਐ ਸੀ ਕਿਤੇ ਮੇਰਾ ਮੂੰਹ ਤੇਰਾ ਮਾਰੇ ਘੁਮਾ ਕੇ ਵੀ, ਐ ਨਖਰੇ ਮਾਰੀ ਜਾਂਦੀ ਆ। ਇਸ ਪਟਾਰੇ ਚ ਸੂਟ ਆ ਜਿਹੜਾ ਪਸੰਦ ਆਇਆ ਤਕਦੀਰ।
ਖਾ ਕੇ ਨਿਊਡਲ ਵਾਲੇ ਬਰਗਰ ਤੇ ਚਾਲੇ ਪਾ ਲਏ ਮਾਸੀ, ਕਿੱਦਾਂ ਲੱਗੇ ਨਿਊਡਲ ਵਾਲੇ ਬਰਗਰ? ਮਿਰਚ ਥੋੜੇ ਸਪਾਈਸੀ ਵੱਧ ਸੀਗੇ, ਪਰ ਮੈਂ ਤਾਂ ਮਾਸੀ ਨੇ ਛੱਡਿਆ ਫੇਰ ਵੀ ਕੁਛ ਨੀ, ਨਾਲ ਕੋਕਾ ਕੋਲਾ ਰੱਖਿਆ ਹੋਇਆ ਸੀ, ਇੱਕ ਸਿਪ ਕੋਕਾ ਕੋਲਾ ਦੀ ਸੀ ਤੇ ਇੱਕ ਬਰਗਰ ਦੀ ਬਾਈਟ ਸੀਗੀ। ਤਕਦੀਰ ਤੇ ਪਿੰਦਰ ਪਿੱਛੇ ਬੈਠੇ ਆ, ਤਕਦੀਰ ਨੇ ਬੂਟ ਪਾ ਲਿਆ, ਮਸਾਂ ਹੀ ਪਵਾਇਆ ਸਾਰਿਆਂ ਨੇ ਕਹਿ ਕੇ, ਨਵਾਂ ਟਰੈਕ ਸੂਟ ਪਾ ਲਿਆ, ਪਿੰਦਰ ਨਾਲੇ ਦੀ ਵਾਈਬ ਮੈਚ ਕਰਦੀ ਆ ਨਾ। ਨਾ ਬਈ ਪੈਸੇ ਪੇਸਟੀ ਦੇ ਦੇ, ਤਕਦੀਰ ਪੇਸਟੀ ਮੰਗਦੀ ਸੀ ਉੱਥੇ। ਆ ਨਾ ਅਸੀਂ ਮੈਂ ਤਕਦੀਰ ਲਈ ਸਮਾਨ ਲੈਣ ਗਏ ਸੀ ਕੋਈ, ਤੇ ਉਹਨਾਂ ਕੋਲ ਪੈਸੇ ਹੈ ਨਹੀਂ ਸੀ, ਮੇਰੇ ਮੂਹਰੇ ਕਰਤੇ ਕਹਿੰਦੇ ਇੱਕ ਰਬੜ ਲੈ ਲਓ, ਰੰਗ ਵੀ ਖੈਰ ਰਬੜ ਦਾ ਇਹੋ ਜਿਹਾ ਸੀ, ਤੇ ਮਾਸੀ ਜੀ ਨੇ ਇੱਕ ਸੁਝਾਅ ਦਿੱਤਾ, ਮਾਸੀ ਕਹਿੰਦੇ ਅਗਲੀ ਵਾਰ ਨੂੰ ਜੇ ਤੁਹਾਡੇ ਕੋਲ 5 ਰੁਪਏ ਨਾ ਹੋਏ ਆਪਣੀ ਰਬੜ ਲਾ ਕੇ ਕਹਿ ਦਿਓ ਵੀ ਆਹ ਲਓ 5 ਰੁਪਏ, ਤਾਂ ਹੈ ਨਹੀਂ ਗਿਆ ਰਬੜ ਰੱਖ ਲਓ। ਤੇ ਅੱਜ ਹੁਣ ਆਪਾਂ ਵੀਰੇ ਹੁਣਾਂ ਨਾਲ ਆਏ ਆ, ਵੀਰੇ ਨਕਲੀ ਲੱਗਦਾ ਆ, ਫੇਰ ਅਗਲੇ ਕਿੱਦਾਂ ਲੈ ਜਾਣ ਦੇ ਦੇਣਗੇ? ਲਓ ਬਈ ਅਸੀਂ ਆਏ ਆ, ਕਿੱਥੇ ਆਏ ਵੀਰੇ? ਬਿਮਾਰ ਆ, ਅਸੀਂ ਠੀਕ ਆ, ਸਾਨੂੰ ਜਿੰਨੇ ਵਿਆਹ ਆਈ ਜਾਂਦੇ ਅਸੀਂ ਬਿਮਾਰ ਪਵਾਂਗੇ, ਐਂਡ ਜਿਹਾ ਤੇ ਹੁੰਦੀ ਹੁੰਦੀ ਮੈਂ ਤਾਂ। ਲਓ ਜੀ ਬਾਬਾਸ ਤੋਂ ਖਾ ਕੇ ਰੋਟੀਆਂ ਚੱਲੇ, ਹਾਏ ਬਾਬਾ ਹਨੇਰਾ ਹੋ ਗਿਆ ਬਾਹਰ, ਅਤੇ ਰਾਤ ਦੇ 10 ਵੱਜ ਗਏ ਬਈ, ਹੁਣ ਚੱਲਦੇ ਘਰ ਨੂੰ, ਜਾ ਕੇ ਡਿੱਗਾਂਗੇ ਮੰਜਿਆਂ 'ਤੇ। ਮੇਰਾ ਤਾਂ ਜ਼ੁਕਾਮ ਨਾ ਬੁਰਾ ਹਾਲ ਹੈ, ਸੋ ਇਸ ਕਰਕੇ ਮੈਂ ਅੱਜ ਕੁਛ ਵੀ ਸ਼ੂਟ ਨਹੀਂ ਕੀਤਾ, ਜੋ ਤੀ ਕਰੀ ਗਈ ਹੈ ਜਿਹੜਾ ਕੁਛ ਕਰੀ ਗਈ ਵਲੌਗ ਸ਼ੂਟ, ਕਿਉਂਕਿ ਜ਼ੁਕਾਮ ਯਾਰ ਬੋਲਣ ਨੂੰ ਨਹੀਂ ਚਿੱਤ ਕਰਦਾ, ਹੁਣ ਵੀ ਬਸ ਰੋਟੀ ਪਾਣੀ ਖਾਧਾ ਅਤੇ ਬਸ ਨਿਕਲੇ ਆ ਗਈ ਜਨਤਾ ਜਨਾਰਦਨ। ਆਪਣੀਆਂ ਹੀ ਆ ਵੀ ਆਪਣੀ ਮਾਸੀ ਜੀ ਤੇ ਉਹ ਵੀ ਆਪਣੀਆਂ। ਲਓ ਵੀ ਖਾਣਾ ਖਾ ਕੇ ਬਹੁਤ ਵਧੀਆ ਡਿਨਰ ਸੀ, ਲੈ ਖਿਲਾਰ ਲਓ ਮਾਸੀ, ਕੋਈ ਗੱਲ ਨੀ, ਕਿਸੇ ਨੇ ਨੀ ਦੇਖਿਆ, ਬਸ 50,000 ਬੰਦੇ ਨੇ ਦੇਖਿਆ, ਬਸ 50,000 ਬੰਦੇ ਨੇ ਦੇਖਿਆ, ਹੋਰ ਕਿਸੇ ਨੇ ਨੀ ਦੇਖਿਆ। ਬਾਹਰ ਠੰਡ ਹੋਣੀ ਆ, ਮੈਂ ਤਾਂ ਕੋਟੀ ਲਾ ਤੀ। ਲਓ ਬਈ ਬਹੁਤ ਵਧੀਆ ਡਿਨਰ ਸੀ ਅੱਜ ਦੀ, ਡਿਨਰ ਡੇਟ ਨਾਗਰਾ ਫੈਮਿਲੀ ਨਾਲ ਸੀਗੀ, ਇਹ ਸੀਗੀ ਪਾਰਟੀ। ਮੋਨੀਟਾਈਜ਼ ਹੋ ਗਿਆ ਵੀਰੇ ਦਾ ਚੈਨਲ, ਦਿਓ ਸਾਰੇ ਮੁਬਾਰਕਾਂ ਤੇ ਦੱਬ ਕੇ ਇੱਦਾਂ ਸਪੋਰਟ ਕਰੋ ਜਿੱਦਾਂ ਪਹਿਲਾਂ ਕਰਦੇ ਸੀ, ਬਹੁਤ ਵਧੀਆ ਲੱਗਾ ਸਾਨੂੰ, ਆਪਣੇ ਕਦਰ ਪਾਉਂਦੇ ਆ ਨਾ, ਕਦਰ ਆਪਣੇ ਹੀ ਪਾਉਂਦੇ ਆ, ਹਾਂ ਹੁਣ ਇਹ ਉਹੀ ਗੱਲ ਕਰੀ ਜਾਂਦੇ ਜਿੱਦ ਵਿੱਚ। ਲੋ ਵੀ ਲੋਕਾਂ ਦਾ ਵਧੀਰਾ ਕਰਕੇ ਦੇਖ ਲਿਆ ਅੱਜ ਤਾਈਂ, ਆਪਦਾ ਕੀਤਾ ਹੁਣ ਆਪਦਿਆਂ ਲਈ ਕੀਤਾ।
ਜਿੰਨੇ ਅਗਰ ਕੀਤਾ ਅੱਜ ਤਾਈ ਪਿੰਦੀ ਪਿੰਦੀ ਕਹਿੰਦਾ ਕਿ ਤੇ ਮੈਨੂੰ ਨਸ਼ਾ ਛੱਡ ਜਾਣਾ ਪਹਿਲੀ ਹੈ ਜੇ ਬਹਿ ਗਿਆ ਮਗਰ ਇਹ ਗੱਲ ਆਂਦਾ ਜਿੰਨੇ ਅਗਰ ਕੀਤਾ ਅੱਜ ਤਾਈ ਵੀਰ ਭਰਾ ਵਲੌਗ ਦਾ ਦੇਖਦੇ ਹੋਣੇ ਆ ਧੋਖੇ ਹੀ ਮਿਲੇ ਆ ਬਸ ਮੈਂ ਹੁਣ ਕਹਿਣਾ ਕੁਛ ਨਹੀਂ ਤੁਹਾਨੂੰ ਮੇਰੀ ਯਾਦ ਦਾ ਪਤਾ ਮੇਰੇ ਮੂੰਹੋਂ ਨਿਕਲ ਜਾਂਦਾ ਮੇਰੇ ਮੂੰਹ ਸੇ ਨਿਕਲ ਗਈ ਹੈਂ ਤਾਈ ਦਾ ਮੋਟਾ ਸੂਟ ਪਾਇਆ ਆ ਦੀਦੀ ਨੇ ਮੈਂ ਤਾਂ ਮਾਸੀ ਠਰੂ ਠਰੂ ਕਰੀ ਜਾਂਦੀ ਆ ਆਪਾਂ ਬਾਹਾਂ ਤੇ ਟੰਗੀਆਂ ਆ ਅਸੀਂ ਆਹ ਲਓ ਜੀ ਕੰਬਲ ਲੈ ਲਿਆ ਇੱਥੇ ਹੀ ਸੌ ਜਾਣਾ ਸਵੇਰ ਨੂੰ ਵੀ ਉੱਠਣਾ ਹੀ ਆ ਗੱਡੀ 'ਚ ਹੀ ਸੌ ਜਾਓ ਸਾਰੇ ਜਾਣੇ ਮੈਂ ਤਾਂ ਮਾਸੀ ਆਪਣੀਆਂ ਆਈਲੈਸ਼ ਲਿਆਂਦੀਆਂ ਅਸੀਂ ਬਸ ਉਹ ਜਾ ਕੇ ਲਾ ਲੈਣੀਆਂ ਸੀ ਸਵੇਰ ਨੂੰ ਕਿਤੇ ਚਾਹ ਚਾਹ ਚ ਮਾਸੀ ਆਈਲੈਸ਼ ਘਰੇ ਨਾ ਛੱਡ ਜਾਈ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਤਕਦੀਰ ਹੈਪੀ ਬਰਥਡੇ ਟੂ ਯੂ ਦੇਖਦਾ ਪੁੱਠੇ ਕੰਮ ਤਕਦੀਰ ਦਾ ਹੈਪੀ ਬਰਥਡੇ ਇਹ ਉੱਥੇ ਪੇਸਟੀਆਂ ਭਾਲਦੀ ਸੀ ਅਤੇ ਵੀਰੇ ਨੇ ਪਹਿਲੇ ਲੈ ਲਈਆਂ ਸੀ ਪੇਸਟੀਆਂ ਹਾਂ ਅੱਛਾ ਮੈਨੂੰ ਵੀ ਖਵਾਉਣਾ ਲਓ ਵੀ ਕੱਲ੍ਹ ਰਾਤ ਆ ਕੇ ਸੌਂ ਗਿਆ ਸੀ ਬਹੁਤ ਜ਼ਿਆਦਾ ਥੱਕ ਚੁੱਕੇ ਸੀ ਅਤੇ ਮੈਂ ਦੀ ਵੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਸੋਚਿਆ ਵੀ ਵਲੌਗ ਕੰਟੀਨਿਊ ਨਹੀਂ ਕਰਦੇ ਅਤੇ ਹੁਣ ਅਸੀਂ ਬਸ ਰੈਡੀ ਹੋ ਗਏ ਹਾਂ ਮੈਂ ਦੀ ਵੀ ਰੈਡੀ ਹੋ ਗਏ ਮੈਂ ਵੀ ਹੋ ਗਈ ਹਾਂ ਮਾਸੀ ਜੀ ਵੀ ਹੋ ਗਏ ਤਕਦੀਰ ਅਜੇ ਸੁੱਤੀ ਪਈ ਆ ਦੀਦੀ ਗਏ ਹੋਏ ਆ ਸਲੂਨ ਅਸੀਂ ਤਾਂ ਘਰੇ ਰੈਡੀ ਹੋ ਗਏ ਸੀ ਅਤੇ ਮੈਂ ਤੁਹਾਨੂੰ ਆਪਣੀ ਫਾਈਨਲ ਲੁੱਕ ਦਿਖਾਉਂਦੀ ਹਾਂ ਅਤੇ ਬਾਅਦ ਵਿੱਚ ਅੱਜ ਇੰਨੀ ਜ਼ਿਆਦਾ ਠੰਡ ਆ ਨਾ ਅੱਜ ਕੀ ਵੈਸੇ ਦੁਆਬੇ 'ਚ ਹੈਗੀ ਠੰਡ ਆ ਸੋ ਮੇਰਾ ਮੇਕਅਪ ਡਨ ਹੋ ਗਿਆ ਆ ਮੈਂ ਪਹਿਲੀ ਵਾਰੀ ਆਪ ਆਈਲੈਸ਼ਿਜ਼ ਘਰੇ ਲਾਈਆਂ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੀਆਂ ਲੱਗਦੀਆਂ ਕਿਉਂਕਿ ਜਦੋਂ ਮੈਂ ਆਪ ਮੇਕਅਪ ਕਰਦੀ ਹਾਂ ਤਾਂ ਕਦੀ ਵੀ ਆਈਲੈਸ਼ਿਜ਼ ਨਹੀਂ ਲਾਈਆਂ ਪਹਿਲੀ ਵਾਰ ਲਾਈਆਂ ਆ ਅਤੇ ਥੋੜ੍ਹਾ ਜਿਹਾ ਔਖਾ ਵੀ ਹੋਇਆ ਲਾਉਣ ਵਿੱਚ ਬਟ ਮੈਨੂੰ ਲੱਗ ਰਿਹਾ ਵੀ ਸਹੀ ਲੱਗੀਆਂ ਕੱਲ੍ਹ ਅਸੀਂ ਲਿਆਂਦਾ ਸੀਗਾ ਆਈਲੈਸ਼ਿਜ਼ ਵੀ ਲਿਆਉਂਦੀਆਂ ਸੀਗੀਆਂ ਅਤੇ ਗਲੂ ਵੀ ਲਿਆਂਦਾ ਸੀਗਾ ਅਤੇ ਮਾਸੀ ਜੀ ਕਹਿੰਦੇ ਸੀ ਵੀ ਆਈਲੈਸ਼ਿਜ਼ ਲਾਉਣੀਆਂ ਆ ਜੋ ਤੂੰ ਵੀ ਲਾਉਣੀ ਅਤੇ ਮਾਸੀ ਜੀ ਨੂੰ ਕੰਪਨੀ ਦੇਣ ਲਈ ਮੈਂ ਲਾਉਣੀ ਹਾਂ ਵੈਸੇ ਮੈਂ ਜਦੋਂ ਆਪ ਮੇਕਅਪ ਕਰਦੀ ਮੈਂ ਪ੍ਰੈਫਰ ਨਹੀਂ ਕਰਦੀ ਨਹੀਂ ਕਿ ਮੈਂ ਆਈਲੈਸ਼ਿਜ਼ ਲਗਾਵਾਂ ਵੈਸੇ ਜੇ ਮੈਂ ਸੋਹਣੀਆਂ ਤੋਂ ਮੇਕਅਪ ਕਰਾਵਾਂ ਤਾਂ ਮੇਰੇ ਆਲਵੇਜ਼ ਲੱਗੀਆਂ ਹੁੰਦੀਆਂ ਬਟ ਆਪ ਮੇਕਅਪ ਜਦੋਂ ਕਰਦੀ ਹਾਂ ਉਦੋਂ ਮੈਂ ਬਹੁਤ ਰੇਅਰ ਕੀ ਕਦੀ ਲਾਈਆਂ ਨਹੀਂ ਕਿਉਂਕਿ ਆਪਦੀਆਂ ਲੈਸ਼ਿਜ਼ ਵੱਡੀਆਂ ਹੁੰਦੀਆਂ ਸੋ ਮੈਂ ਉਹਨੂੰ ਹੀ ਕਰਲ ਕਰ ਲੈਂਦੀ ਹਾਂ ਮਸਕਾਰੇ ਨਾਲ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੀਆਂ ਲੱਗੀਆਂ ਅਤੇ ਆਹ ਵਾਲਾ ਸੂਟ ਆ ਜਿਹੜਾ ਇਹਦੇ ਬਾਰੇ ਵੀ ਬਹੁਤ ਕੁਐਸਚਨ ਆਨਸਰ ਆਉਂਦੇ ਸੀ ਵੀ ਤੁਸੀਂ ਕਿੱਥੋਂ ਲਿਆ ਕਿੰਨੇ ਦਾ ਲਿਆ ਸੋ ਇਹ ਤੁਸੀਂ ਮਨਪ੍ਰੀਤ ਤੋਂ ਰੈਡੀ ਕਰਵਾ ਸਕਦੇ ਹਾਂ ਅਤੇ ਆਪਾਂ ਤੁਹਾਨੂੰ ਪ੍ਰਾਈਜ਼ ਦੱਸ ਦਾਂਗੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਵੀ ਕਿੰਨੇ ਦਾ ਹੋਇਆ ਕਿਵੇਂ ਆ ਕੀ ਸਿਸਟਮ ਆ ਹੈ ਨਾ ਕਿਉਂਕਿ ਇਹਦੀ ਬੋਟਮ 'ਤੇ ਵਰਕ ਨਹੀਂ ਸੀ ਅਤੇ ਆਪਾਂ ਬੋਟਮ 'ਤੇ ਵੀ ਵਰਕ ਐਡ ਕਰਾਇਆ ਸੀ ਅਤੇ ਜਿਹੜਾ ਮੈਂ ਪਾਇਆ ਸੀਗਾ ਪਸ਼ਮੀਨੇ ਦਾ ਸੂਟ ਬਲੈਕ ਕਲਰ ਦਾ ਉਹਨੂੰ ਲੈ ਕੇ ਵੀ ਬਹੁਤ ਜ਼ਿਆਦਾ ਡੀਐਮ ਆਉਂਦੇ ਸੀ ਉਹ ਕਿੱਥੋਂ ਲਿਆ ਉਹ ਮੈਂ ਲਿਆ ਸੀ ਰਾਹੋਂ ਲੋਕਲ ਮਾਰਕੀਟ ਤੋਂ ਲਿਆ ਸੀ ਵੈਸੇ ਹੀ ਅਸੀਂ ਤੁਰੇ ਜਾਂਦੇ ਸੀ ਅਤੇ ਉਹ ਮੈਨੂੰ ਸੋਹਣਾ ਲੱਗਾ ਤਾਂ ਮੈਂ ਲੈ ਲਿਆ ਅਤੇ ਸਟਿਚਿੰਗ ਕਰਵਾਈ ਆ ਉਹਦੀ ਮਨਪ੍ਰੀਤ ਨੇ ਮਨਪ੍ਰੀਤ ਦੇ ਟੇਲਰ ਤੋਂ ਕਰਵਾਈ ਆ ਅਤੇ ਬਹੁਤ ਜਾਣਿਆਂ ਨੇ ਕਮੈਂਟ ਕੀਤਾ ਉਹ ਬਹੁਤ ਸੋਹਣਾ ਲੱਗਦਾ ਸੀ ਸਟਿਚ ਵੀ ਬਹੁਤ ਸੋਹਣਾ ਕੀਤਾ ਸੋ ਜੇਕਰ ਤੁਸੀਂ ਉੱਦਾਂ ਦਾ ਵੀ ਸੂਟ ਬਾਏ ਕਰਨਾ ਤਾਂ ਦੱਸ ਸਕਦੇ ਹਾਂ ਹੈ ਨਾ ਵੀ ਆਪਾਂ ਪਤਾ ਕਰ ਦਾਂਗੇ ਜੇ ਉੱਦਾਂ ਦਾ ਸੇਮ ਮਿਲ ਗਿਆ ਕਿ ਫਿਰ ਇਹ ਹੁੰਦਾ ਵੀ ਪੈਟਰਨ ਨਹੀਂ ਸੇਮ ਮਿਲਦਾ ਬਟ ਕਲਰ ਕੋਂਬੀਨੇਸ਼ਨ ਸੇਮ ਮਿਲ ਜਾਂਦਾ ਹੁੰਦਾ ਹੈ ਨਾ ਅਤੇ ਜੇਕਰ ਕਿਸੇ ਨੇ ਲੈਣਾ ਹੋਇਆ ਤਾਂ ਉਹ ਵੀ ਕਮੈਂਟ ਕਰ ਸਕਦੇ ਹਾਂ ਸੋ ਇੱਥੇ ਲਿਪਸਟਿਕਾਂ ਦੇ ਢੇਰ ਲੱਗੇ ਹੋਏ ਆ ਕਿਸੇ ਨੇ ਲਿਪਸਟਿਕ ਨੂੰ ਲੈ ਕੇ ਵੀ ਕਮੈਂਟ ਕੀਤਾ ਸੀ ਸੋ ਮੇਰੇ ਕੋਲ ਮੇਬਲਿਨ ਦੀਆਂ ਮੈਂ ਯੂਜ਼ ਕਰਦੀ ਹਾਂ ਮੋਸਟਲੀ ਸਾਰੀਆਂ ਮੇਬਲਿਨ ਦੀਆਂ ਹੀ ਆ ਕੁਛ ਦੀਦੀ ਲੈ ਕੇ ਆਏ ਸੀ ਕੁਛ ਮੇਰੀ ਫਰੈਂਡ ਨੇ ਭੇਜੀਆਂ ਸੀਗੀਆਂ ਹੁਣੇ ਰੀਸੈਂਟਲੀ ਠੀਕ ਆ
ਤੇ ਇਹ ਲੌਂਗ ਲਾਸਟਿੰਗ ਆ, 24 hours ਸਟੇ ਕਰਦੀ ਹੈ। ਰਾਤ ਨੂੰ ਵੀ ਜਿਹੜੀ ਕੋਕੋਨਟ ਦੇ ਓਇਲ ਨਾਲ ਹੀ ਲਾਉਣੀ ਪੈਂਦੀ ਆ। ਆਹ ਸਵਿਸ ਬਿਊਟੀ ਦੀ ਆ, ਠੀਕ ਆ, ਅਤੇ ਆਹ ਤਾਂ ਕੋਈ ਲੋਕਲ ਬ੍ਰਾਂਡ ਹੀ ਆ। ਸੋ ਮੈਂ ਐਗਜੈਕਟ ਨਹੀਂ ਲਾਉਂਦੀ ਹੁੰਦੀ, ਮਤਲਬ ਇਹਨਾਂ ਨੂੰ ਮਿਕਸ ਐਂਡ ਮੈਚ ਕਰਕੇ ਲਾਉਂਦੀ ਹੁੰਦੀ ਹਾਂ, ਇੱਕੋ ਕਲਰ ਨਹੀਂ ਲਾਉਂਦੀ ਹੁੰਦੀ, ਬਸ ਇਹਨੂੰ ਮੈਚ ਕਰ ਲੈਂਦੀ ਹੁੰਦੀ ਹਾਂ, ਕੋਈ ਕਿਸੇ ਨਾਲ ਮੈਚ ਕਰ ਲੈਂਦੀ, ਕੋਈ ਕਿਸੇ ਨਾਲ। ਸੋ ਉਹ ਕਲਰ ਸ਼ੇਡ ਬਣਾ ਕੇ ਲਾ ਲੈਂਦੀ ਹਾਂ, ਅਤੇ ਬਹੁਤ ਰੇਅਰ ਹੁੰਦਾ ਵੀ ਇੱਕੋ ਹੀ ਕਲਰ ਲਾਵਾਂ। ਸੋ ਇਹ ਸਾਰੀਆਂ ਲਿਪਸਟਿਕਾਂ ਜਿਹੜੀਆਂ ਮੇਰੀ ਫਰੈਂਡ ਨੇ ਭੇਜੀਆਂ ਸੀ, ਕੁਛ ਦੀਦੀ ਲੈ ਕੇ ਆਏ ਸੀ, ਅਤੇ ਸੁਪਰ ਸਟੇ ਆ, 24 hours ਸਟੇ ਕਰਦੀਆਂ, ਬਿਲਕੁਲ ਵੀ ਰਿਮੂਵ ਨਹੀਂ ਹੁੰਦੀਆਂ, ਕਰੈਕਸ ਵੀ ਨਹੀਂ ਆਉਂਦੇ ਇਹਦੇ ਵਿੱਚ, ਅਤੇ ਬਹੁਤ ਹੀ ਪਰਫੈਕਟ ਲੱਗਦੀਆਂ ਮੈਨੂੰ ਉਹ। ਅਤੇ ਹੁਣ ਬਸ ਆਪਾਂ ਲਿਪਸਟਿਕ ਲਾ ਲਈਏ, ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ, ਠੀਕ ਆ, ਰੈਡੀ ਹੁੰਦੇ ਹਾਂ। ਬਾਕੀ ਆਪਾਂ ਨੈਕਸਟ ਵਲੋਗ 'ਚ ਦੀਦੀ ਹੁਣਾਂ ਦੀ ਲੁੱਕ ਦਿਖਾਵਾਂਗੇ, ਵੀਰੇ ਦੀ ਲੁੱਕ ਦਿਖਾਵਾਂਗੇ, ਅਤੇ ਮੇਰੀ ਤਾਂ ਮਹਿਕਦੀਪ ਦੀ ਫੁੱਲ ਲੁੱਕ ਦਿਖਾਵਾਂਗੇ ਵੀ ਅਸੀਂ ਕਿਹੋ ਜਿਹੇ ਲੱਗਦੇ। ਤਕਦੀਰ ਸੁੱਤੀ ਪਈ ਆ, ਜਦੋਂ ਉਹਨੂੰ ਤਕਦੀਰ ਉੱਠੂਗੀ ਉਦੋਂ ਨੂੰ ਆਪਾਂ ਸਾਰੇ ਰੈਡੀ ਹੋ ਜਾਵਾਂਗੇ। ਅਤੇ ਆਪਾਂ ਆਲਮੋਸਟ, ਮਾਸੀ ਜੀ ਨੇ ਮੈਨੂੰ 5:30 ਠਾਲ ਦਿੱਤਾ ਸੀ, ਦੀਦੀ ਹੁਣੇ 5 ਵਜੇ ਘਰੋਂ ਗਏ ਆ, 5:30 ਉੱਠ ਕੇ, ਅਤੇ ਆਪਾਂ ਮਿੰਟੋ ਮਿੰਟੀ ਮਾਸੀ ਨੂੰ ਰੈਡੀ ਕਰ ਦਿੱਤਾ, ਆਪ ਰੈਡੀ ਹੋ ਗਿਆ। ਪਹਿਲਾਂ ਮਾਸੀ ਨੇ ਵੀ ਸਲੂਨ ਤੋਂ ਰੈਡੀ ਹੋਣਾ ਸੀ, ਫਿਰ ਮਾਸੀ ਕਹਿੰਦੇ ਜੋਤ ਤੂੰ ਹੀ ਮੈਨੂੰ ਰੈਡੀ ਕਰ ਦੇ, ਅਤੇ ਮਾਸੀ ਨੂੰ ਵੀ ਆਪਾਂ ਹੀ ਰੈਡੀ ਕਰਤਾ, ਅਤੇ ਹੁਣ ਆਪਾਂ ਮਿਲਦੇ ਹਾਂ ਥੋੜ੍ਹਾ ਟਾਈਮ। ਲਓ ਵੀ ਮੈਂ ਕਦੀ ਉੱਤਾਂ ਪੀ ਰਿਹਾ ਆ ਚਾਹ ਨਾਲ, ਬਿਸਕੁਟ ਭੁਜੀਆ ਬਦਾਨਾ ਅਤੇ ਮੱਠੀਆਂ। ਅਤੇ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀ, ਕੱਲ੍ਹ ਵਾਲੇ ਵਲੌਗ 'ਚ ਦਿਖਾਈ ਨਹੀਂ ਹੈ ਨਾ। ਮਾਸੀ ਹੁਣਾਂ ਨੇ, ਦੀਦੀ ਹੁਣਾਂ ਨੇ, ਸਾਰਿਆਂ ਨੇ, ਵੀਰੇ ਹੁਣਾਂ ਨੇ ਤਕਦੀਰ ਨੂੰ ਦਿੱਤੇ ਆਹ ਵਾਲੇ ਨਜ਼ਰੀਏ, ਬਹੁਤ ਜ਼ਿਆਦਾ ਸੋਹਣੇ ਆ। ਅਸੀਂ ਤਾਂ ਬਹੁਤ ਕਿਹਾ ਮਾਸੀ ਹੁਣਾਂ ਨੂੰ ਵੀ ਇਹਦੀ ਕੀ ਲੋੜ ਆ, ਹੈ ਨਾ, ਵੀ ਤੁਸੀਂ ਪਿਆਰ ਕਰਦੇ ਆਪਾਂ ਮਿਲਦੇ ਵਰਤਦੇ ਉਹੀ ਬਹੁਤ ਵਧੀਆ, ਪਰ ਫਿਰ ਵੀ ਮਾਸੀ ਹੁਣਾਂ ਨੇ ਧੱਕੇ ਨਾਲ ਆਹ ਦਿੱਤੇ। ਮਹਿਕਦੀਪ ਨੇ ਪਤਾ ਨਹੀਂ ਦੇਖੇ ਕਿ ਨਹੀਂ, ਦੇਖੇ ਰਾਤ, ਹਾਂ, ਆਹ ਵਾਲੇ ਮਹਿਕਦੀਪ ਨੂੰ ਕਹੀ ਜਾਂਦੀ ਆ, ਤਕਦੀਰ ਨੂੰ ਦਿੱਤੇ ਨਜ਼ਰੀਏ। ਮਾਸੀ ਹੁਣੇ, ਮਹਿਕਦੀਪ ਨੇ ਵੀ ਬਹੁਤ ਮਨਾ ਕੀਤਾ ਸੀ, ਪਰ ਮਾਸੀ ਕਹਿੰਦੇ ਤੁਸੀਂ ਤੁਹਾਡੇ ਲਈ ਨਹੀਂ ਲੈ ਕੇ ਆਉਂਦੇ ਹੈਗੇ, ਤੁਸੀਂ ਸਾਡੇ ਵਿੱਚ ਨਾ ਹੋ, ਤਕਦੀਰ ਤੇ ਸਾਡੇ ਵਿੱਚ। ਫਿਰ ਅਸੀਂ ਚੁੱਪ ਕਰ ਗਏ ਵੀ ਚਲੋ, ਮਾਸੀ ਹੁਣਾਂ ਨੇ ਦੇਣੇ ਸੀ, ਹੈ ਨਾ, ਵੀ ਪਿਆਰ ਕਰਕੇ ਉਹਨਾਂ ਨੇ ਲਿਆਂਦੇ ਆ, ਵੀ ਆਪਾਂ ਏਦਾਂ ਮੋੜ, ਮਤਲਬ ਮੋੜ ਦੇ ਵੀ ਨਹੀਂ ਚੰਗੇ ਲੱਗਦੇ, ਹੈ ਨਾ, ਵੀ ਉਹਨਾਂ ਨੇ ਇੰਨੇ ਪਿਆਰ ਨਾਲ ਲਿਆਂਦੇ, ਆਪਾਂ ਕਿਹਾ ਵੀ ਸੀਗਾ ਉਹਨਾਂ ਦੀ ਮਰਜ਼ੀ ਹੈ ਨਾ, ਜਦੋਂ ਮਾਸੀ ਉਹਨਾਂ ਨੇ ਕਹਿਤਾ ਵੀ ਸਾਡੇ ਤਾਂ ਤਕਦੀਰ ਵਿੱਚ ਕਾਹਦੇ ਹੁੰਦੇ ਆ, ਫਿਰ ਮਹਿਕਦੀਪ ਕਹਿੰਦੇ ਚਲੋ ਤੁਹਾਡਾ ਉਹਦੇ ਨਾਲ ਆ, ਤੁਸੀਂ ਦੇ ਦਿਓ, ਹੈ ਨਾ, ਪਰ ਫਿਰ ਵੀ ਆਪਾਂ ਬਹੁਤ ਬਹੁਤ ਥੈਂਕ ਯੂ ਕਰਦੇ ਮਾਸੀ ਉਹਨਾਂ ਦਾ, ਵੀ ਉਹਨਾਂ ਨੇ ਤਕਦੀਰ ਲਈ ਇੰਨਾ ਸੋਹਣਾ ਗਿਫਟ ਲਿਆਂਦਾ। ਅਤੇ ਬਾਕੀ ਮਿਲ ਵਰਤਣ ਹੁੰਦਾ, ਹੈ ਨਾ, ਚੀਜ਼ਾਂ ਨਾਲ ਕੋਈ ਪਿਆਰ ਨਹੀਂ ਹੁੰਦਾ, ਬਟ ਵਧੀਆ, ਸਾਨੂੰ ਵਧੀਆ ਫੈਮਿਲੀ ਮਿਲੀ ਆ। ਅਸੀਂ 2 ਦਿਨ ਹੋ ਗਿਆ ਸਾਨੂੰ ਆਇਆ ਨੂੰ, ਬਟ ਸਾਨੂੰ ਇੱਦਾਂ ਫੀਲ ਨਹੀਂ ਹੋਇਆ ਵੀ ਅਸੀਂ ਪਹਿਲੀ ਵਾਰੀ ਰਹੇ ਹਾਂ ਰਾਤ, ਐਂ ਲੱਗ ਰਿਹਾ ਵੀ ਬਹੁਤ ਟਾਈਮ ਦਾ ਸਾਡਾ ਰਿਲੇਸ਼ਨ ਆ, ਵੀ ਦੀਦੀ ਦੇ ਵਿਆਹ ਨੂੰ ਐਂ ਲੱਗਦਾ ਵੀ 10-15 ਸਾਲ ਹੋ ਗਿਆ, ਅਤੇ ਅਸੀਂ ਆਉਂਦੇ ਜਾਂਦੇ ਰਹੀਦਾ, ਵੀ ਬਿਲਕੁਲ ਵੀ ਫੀਲ ਨਹੀਂ ਹੋਇਆ। ਅਤੇ ਇੱਕ ਮੈਂ ਸੂਟ ਦਿਖਾਉਣਾ ਮੈਂ ਕਹਿੰਦੀ ਵੀ ਜਿਹੜਾ ਭੂਆ ਜੀ ਹੁਣੇ ਮੇਰੇ ਲਈ ਲੈ ਕੇ ਆਏ ਸੀਗੇ, ਅਤੇ ਉਹ ਵੀ ਮੈਂ ਕੱਲ੍ਹ ਮੈਂ ਬਹੁਤ ਦੁਕਾਨਾਂ ਲਿਆਉਣੀ ਆ, ਕਰਿਓ ਗੱਲ ਇੱਕ। ਬਾਕੀ ਮੈਂ ਖੋਲ ਕੇ ਤੁਹਾਨੂੰ ਬਾਅਦ 'ਚ ਦਿਖਾ ਦੂੰਗੀ। ਅਤੇ ਮੈਂ ਆਹ ਵਾਲਾ ਸੂਟ ਲੈ ਕਹਿੰਦਾ ਮੇਰੀ ਪਸੰਦ ਦਾ ਆ, ਬਹੁਤ ਦੁਕਾਨਾਂ ਮਾਸੀ ਉਹਨਾਂ ਨੇ ਐਵੇਂ ਕਹਾਂ, ਬਹੁਤ ਦੁਕਾਨਾਂ ਗਾਈਆਂ, ਕਿਉਂਕਿ ਮੈਂ ਥੋੜ੍ਹੇ ਜਿਹੇ ਕੱਪੜੇ ਲੈਣ ਵਿੱਚ ਚੂਜ਼ੀ ਜਿਹੀ ਹਾਂ, ਵੀ ਮੈਨੂੰ ਐਂ ਹੁੰਦਾ ਵੀ ਚਾਹੇ ਸਸਤੀ ਹੋਵੇ ਚਾਹੇ ਮਹਿੰਗੀ ਹੋਵੇ ਚੀਜ਼, ਪਰ ਮੇਰੇ ਦਿਲ ਨੂੰ ਲੱਗਣੀ ਚਾਹੀਦੀ। ਆਹ ਵੀ ਸੂਟ ਮੈਂ ਸਾਰੇ ਕੱਪੜੇ ਲੈ ਲਏ ਸੀ, ਐਂਡ 'ਤੇ ਮੈਂ ਆਪਣਾ ਸੂਟ ਲਿਆ ਸੀ, ਅਤੇ ਕੱਲ੍ਹ ਮਾਸੀ ਉਹਨਾਂ ਦੀ ਬਹੁਤ ਭਕਾਈ ਕਰਾਈ ਆ ਮੈਂ ਆਹ ਸੂਟ ਪਿੱਛੇ, ਅਤੇ ਆਹ ਫਾਈਨਲੀ ਸਾਨੂੰ ਸਾਰਿਆਂ ਨੂੰ ਬਹੁਤ ਸੋਹਣਾ ਲੱਗਾ ਸੀ, ਅਤੇ ਭੂਆ ਜੀ ਹੁਣਾਂ ਵੱਲੋਂ ਆ ਕੇ ਥੈਂਕ ਯੂ ਭੂਆ ਜੀ ਉਹਨਾਂ ਦਾ।